मर्डर मामले दे विच पुलिस द्वारा एक SIT बनाती गई है। SS पुलर जिहड़े कि SSP ने मोहाली दे ओह साडे नाल गलबात करने सर। SIT बनाई है कि कुछ SIT दी जांच दे विच रहण वाले पहलू ने और किन्ने मैंबरी है SIT बनाई गई है, कौन कौन इहदे मैंबर ने? इहदे च मैं SP सिटी दे अगवाई दे विच जिहड़ी SIT बनाई उहनां नाल 2 DSP ने ते नाल साडे SHO सिटी खरड़ ने। ਇਹ ਕੇਸ ਦੇ ਹਰੇਕ ਪਹਿਲੂ ਨੂੰ ਜਿਹੜਾ ਜਾਂਚ ਪੜਤਾਲ ਪੂਰੀ ਬਰੀਕੀ ਨਾਲ ਜਿਹੜੀ ਕਰਨਗੇ ਸਰ। ਲੇਕਿਨ ਅਗਰ ਆਪਾਂ ਅਕਿਊਜ਼ ਦੀ ਗੱਲ ਕਰੀਏ, ਉਹ ਖੁਦ ਸੁਸਾਈਡ ਕਰ ਚੁੱਕੇ ਔਰ ਸਿੱਧੇ ਤੌਰ 'ਤੇ ਜਿਸ ਤਰ੍ਹਾਂ ਨਾਲ ਇਹ ਪੂਰੇ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਕਿ ਰੇਡ ਕੀਤੀ ਜਾਂਦੀ ਹੈ, ਉਹਦਾ ਲਾਇਸੈਂਸ ਕੈਂਸਲ ਕੀਤਾ ਜਾਂਦਾ, ਕਿਆ ਹੋਰ ਵੀ ਕੋਈ ਰੰਜਿਸ਼ ਸੀ ਦੋਨਾਂ ਦੇ ਵਿੱਚ, ਕਿਆ ਹਜੇ ਤੱਕ ਕੁਝ ਨਿਕਲ ਕੇ ਸਾਹਮਣੇ ਆਇਆ? ਅਜੇ ਤੱਕ ਕੋਈ ਗੱਲ ਇੱਦਾਂ ਦੀ ਸਾਹਮਣੇ ਨਹੀਂ ਆਈ ਜੀ, ਪਰ ਫਿਰ ਵੀ ਅਸੀਂ ਜਿਹੜਾ ਪ੍ਰੋਪਰ ਇਨਵੈਸਟੀਗੇਸ਼ਨ ਸਾਡੀ ਸਿੱਟ ਜਿਹੜੀ ਉਹ ਕਰੇਗੀ। ਕਿਆ ਹਜੇ ਕੋਲ ਇਹੋ ਜਿਹਾ ਕੋਈ ਕਲਿਊ ਲੱਗਿਆ, ਕੋਈ ਨੈਕਸਸ ਹੈ ਜਿਹੜਾ ਇਸ ਪੂਰੇ ਮਰਡਰ ਦੇ ਵਿੱਚ ਇਨਵੋਲਵ ਸੀ ਜਾਂ ਫਿਰ ਉਸਨੂੰ ਬਰਗਲਾ ਕੇ ਭੇਜਿਆ ਗਿਆ ਸੀ? ਨਹੀਂ ਜੀ, ਅਜੇ ਤੱਕ ਤਾਂ ਇੱਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਵੈਪਨ ਜਿਹੜਾ ਸੀ ਉਹਦਾ ਆਪਣਾ ਲਾਇਸੈਂਸੀ ਵੈਪਨ ਸੀ? ਹਾਂਜੀ, ਵੈਪਨ ਇਹਨੇ ਆਪਦਾ ਲਾਇਸੈਂਸੀ ਵੈਪਨ ਸੀ, ਇਹਨੇ ਮਾਰਚ ਮਹੀਨੇ ਦੇ ਵਿੱਚ ਹੀ ਆਪਣਾ ਲਾਇਸੈਂਸ ਬਣਵਾ ਕੇ ਅਤੇ ਮਾਰਚ ਮਹੀਨੇ ਦੇ ਵਿੱਚ ਹੀ ਇਹਨੇ ਆਪਣੇ ਲਾਇਸੈਂਸ ਦੇ ਉੱਤੇ ਚੜਵਾਇਆ ਸੀ। ਲੇਕਿਨ ਸਰ ਇੱਕ ਸਵਾਲ ਇਹ ਵੀ ਬਣਦਾ ਹੈ ਕਿ ਇੱਕ ਡਰੱਗ ਇੰਸਪੈਕਟਰ ਜਿਹੜੀ ਆਪਣੇ ਕੈਬਿਨ ਦੇ ਵਿੱਚ ਹੈ, ਉਹਦੇ ਕੈਬਿਨ ਦੇ ਵਿੱਚ ਇੱਕ ਆਰੋਪੀ ਗਨ ਲੈ ਕੇ ਵੱਲ ਚਲਾ ਜਾਂਦਾ, ਕਿ ਤੁਸੀਂ ਮੰਨਦੇ ਹੋ ਕਿ ਕਿੱਥੇ ਸਿਕਿਉਰਿਟੀ ਨੂੰ ਲੈ ਕੇ ਜਿਹੜੇ ਨੇ ਉਹ ਲੈਬਸ ਨੇ, ਕਿ ਇਸ ਤਰ੍ਹਾਂ ਨਾਲ ਜਿਹੜੇ ਆਫਿਸਰ ਨੇ ਜਿਹੜੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਹੇ ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਲੋੜ ਹੈ? ਦੇਖੋ, ਹਰੇਕ ਸਰਕਾਰੀ ਅਦਾਰਿਆਂ ਨੂੰ ਜਿਹੜੇ ਅਸੀਂ ਪੈਟਰੋਲ ਰਾਹੀਂ ਕਵਰ ਕਰਨੇ ਹਾਂ, ਹਰੇਕ ਸਰਕਾਰੀ ਬਿਲਡਿੰਗ ਦੇ ਉੱਤੇ ਅਸੀਂ ਇਕੱਲੇ ਇਕੱਲੇ ਨੂੰ ਜਿਹੜੀ ਸਿਕਿਉਰਿਟੀ ਪ੍ਰੋਵਾਈਡ ਨਹੀਂ ਕਰ ਸਕਦੇ, ਲੇਕਿਨ ਅਸੀਂ ਪੈਟਰੋਲਿੰਗ ਰਾਹੀਂ ਆਪਣੇ PCR ਰਾਹੀਂ ਆਪਣੇ ਮੋਟਰਸਾਈਕਲ ਭੇਜ ਕੇ ਸਾਡੇ SHOs ਜਿਹੜੇ ਨੇ ਉਹ ਪੈਟਰੋਲਿੰਗ ਜਿਹੜੀ ਕਰਦੇ ਰਹਿੰਦੇ ਨੇ, ਅਤੇ ਪੁਲਿਸ ਵੱਲੋਂ ਇਹਦੇ 'ਚ ਕੋਈ ਜਿਹੜਾ ਲੈਪਸ ਸਿਕਿਉਰਿਟੀ ਪੱਖੋਂ ਨਹੀਂ ਆਇਆ। ਫਿਰ ਵੀ ਮੈਂ ਅਪੀਲ ਕਰਾਂਗਾ ਸਾਰਿਆਂ ਨੂੰ, ਬਾਕੀ ਵੀ ਜਿਹੜੇ ਸਰਕਾਰੀ ਅਦਾਰੇ ਨੇ, ਵੀ ਜਿੱਥੇ ਕਿਤੇ ਕੋਈ ਕਿਸੇ ਨੂੰ ਕੋਈ ਸ਼ੱਕੀ ਪੈਂਦਾ ਲੱਗੇ ਉਹ ਪੁਲਿਸ ਨੂੰ ਸਲਾਹ ਦੇਣ, ਆਪਣੇ ਆਪਣੇ ਏਰੀਏ ਦੇ ਵਿੱਚ ਉੱਥੇ ਕੈਮਰੇ ਲਵਾ ਕੇ ਰੱਖਣ, ਅਤੇ ਪੁਲਿਸ ਜਿਹੜੀ ਇਹ ਸਾਰੇ ਹੀ ਸਰਕਾਰੀ ਅਦਾਰਿਆਂ ਨੂੰ ਮੋਹਾਲੀ ਦੇ ਵਿੱਚ ਖਰੜ ਡੇਰਾਬੱਸੀ ਜਿੱਥੇ ਜਿੱਥੇ ਹੈ ਨੇ ਉਹ ਆਪਣੀ ਪੈਟਰੋਲਿੰਗ ਰਾਹੀਂ ਜਿਹੜੀ ਉਹ ਕਵਰ ਕਰਦੀ, ਤਾਂ ਕਿ ਜਿਹੜੇ ਸਰਕਾਰੀ ਮੁਲਾਜ਼ਮ ਨੇ ਸਾਡੇ ਅਲੱਗ ਅਲੱਗ ਦਫ਼ਤਰਾਂ ਦੇ ਵਿੱਚ ਉਹ ਸੇਫ ਰਹਿ ਸਕਣ। ਕਿਆ ਕੁਛ ਇਹੋ ਜਿਹਾ ਵੀ ਵਿਚਾਰ ਹੋ ਰਿਹਾ ਕਿ ਕੁਛ ਪੁਲਿਸ ਕਰਮੀ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਭਵਨਾਂ ਦੇ ਬਾਹਰ ਤੈਨਾਤ ਕੀਤੇ ਜਾਣ, ਤਾਂ ਕਿ ਉੱਥੇ ਸੁਰੱਖਿਆ ਜਿਹੜੀ ਹੈ ਹੋਰ ਚਾਕ ਚੌਬੰਦ ਹੋ ਸਕੇ? ਇਹਦੇ 'ਚ ਜਿੱਥੇ ਕੋਈ ਬਹੁਤ ਹੀ ਸੁਰੱਖਿਆ ਦੀ ਜਿੱਥੇ ਜ਼ਰੂਰਤ ਹੈ ਉਹਦੇ ਬਾਰੇ ਸੀਨੀਅਰ ਅਫੀਸਰਸ ਨਾਲ ਅਸੀਂ ਡਿਸਕਸ ਕਰਾਂਗੇ। ਅਦਰਵਾਈਜ਼ ਜਿੰਨੇ ਵੀ ਸਾਡੇ, ਮੈਂ ਪਹਿਲਾਂ ਵੀ ਕਹਿ ਚੁੱਕਾ ਤੁਹਾਨੂੰ ਕਿ ਜਿੰਨੇ ਵੀ ਸਾਡੇ ਅਦਾਰੇ ਨੇ ਅਸੀਂ ਡੇਲੀ ਪੈਟਰੋਲਿੰਗ ਰਾਹੀਂ ਉਹਨਾਂ ਨੂੰ ਕਵਰ ਜ਼ਰੂਰ ਕਰ ਰਹੇ ਹਾਂ। ਬਿਲਕੁਲ, ਦੇਖੋ ਅਸੀਂ SSP ਮੋਹਾਲੀ ਜਿਨ੍ਹਾਂ ਦਾ ਸਿੱਧੇ ਤੌਰ 'ਤੇ ਕਹਿਣਾ ਹੈ ਕਿ ਉਹ ਜਿੰਨੇ ਵੀ ਅਦਾਰੇ ਨੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਪੈਟਰੋਲਿੰਗ ਰਾਹੀਂ ਜ਼ਰੂਰ ਕਦਮ ਚੁੱਕ ਰਹੇ ਨੇ ਔਰ ਸੁਰੱਖਿਆ ਪ੍ਰਦਾਨ ਕਰਵਾ ਵੀ ਰਹੇ ਨੇ। SIT ਦਾ ਗਠਨ ਹੋ ਗਿਆ, ਵੇਖਣਾ ਇਹੀ ਹੋਏਗਾ ਕਿ SIT ਦੀ ਜਾਂਚ ਦੇ ਵਿੱਚ ਕਿਹੜੇ ਕਿਹੜੇ ਪਹਿਲੂ ਇਸ ਮਰਡਰ ਕੇਸ ਦੇ ਵਿੱਚ ਖੁੱਲ੍ਹ ਕੇ ਸਾਹਮਣੇ ਆਉਂਦੇ ਨੇ ਔਰ ਜੇ ਮਰਡਰ ਕੇਸ ਦੀ ਜਿਹੜੀ ਹੈ ਪੂਰੀ ਦੀ ਪੂਰੀ ਗੁੱਥੀ ਹੈ, ਇਸ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ? ਹਾਲਾਂਕਿ ਸਿੱਧੇ ਤੌਰ 'ਤੇ ਕਿਹਾ ਗਿਆ ਸੀ ਕਿ ਲਾਇਸੈਂਸ ਰੱਦ ਹੋਇਆ, ਜਿਸ ਤੋਂ ਬਾਅਦ ਇਹ ਪੂਰਾ ਦਾ ਪੂਰਾ ਜਿਹੜਾ ਕਹਿ ਸਕਦੇ ਹਾਂ ਘਟਨਾਕ੍ਰਮ ਹੈ ਉਸਨੂੰ ਅੰਜਾਮ ਦਿੱਤਾ ਗਿਆ। ਲੇਕਿਨ SIT ਦੀ ਜਾਂਚ ਕੀ ਕੁਛ ਕਹਿੰਦੀ ਹੈ, ਆਹ ਵੇਖਣ ਵਾਲੀ ਗੱਲ ਰਹੇਗੀ। ਕੈਮਰਾਮੈਨ ਦੀਪਕ ਗੌੜ ਦੇ ਨਾਲ ਵਿਨੀਤ ਕਪੂਰ, ਲਿਵਿੰਗ ਇੰਡੀਆ ਨਿਊਜ਼, ਮੋਹਾਲੀ।